ਅਸਰ ਵਿੱਚ ਅੱਜ ਕੈਨੇਡਾ ਵਿੱਚ ਜਿਸ ਤਰ੍ਹਾਂ ਦੇ ਹਾਲਾਤ ਚੱਲ ਰਹੇ ਨੇ ਆਮ ਲੋਕ ਜਿਨ੍ਹਾਂ ਦੀ ਆਮਦਨ ਠੀਕ ਠਾਕ ਹੈ ਜਾਂ ਘੱਟ ਆਮਦਨ ਵਾਲੇ ਲੋਕ ਨੇ ਉਹਨਾਂ ਵਾਸਤੇ ਤਾਂ ਜ਼ਿੰਦਗੀ ਬੇਹੱਦ ਜ਼ਿਆਦਾ ਮੁਸ਼ਕਲ ਹੋ ਚੁੱਕੀ ਹੈ ਤੇ ਇਸ ਸਥਿਤੀ ਵਿੱਚ ਉਹ ਕੈਨੇਡਾ ਕਦੋਂ ਬਾਹਰ ਨਿਕਲੇਗਾ ਕਿ ਮੁੱਖ ਵਿਰੋਧੀ ਧਿਰ ਕੰਜ਼ਰਵਟਿਵ ਪਾਰਟੀ ਕੋਲ ਇਹਦੇ ਵਾਸਤੇ ਕੋਈ ਰਸਤਾ ਹੈ ਕੋਈ ਪ੍ਰੋਗਰਾਮ ਹੈ ਕੋਈ ਪਲਾਨ ਹੈ ਇਹਨਾਂ ਸਾਰੇ ਸਵਾਲਾਂ ਦੇ ਜਵਾਬ ਦੇਣ ਲਈ ਮੇਰੇ ਨਾਲ ਕੰਜ਼ਰਵਟਿਵ ਪਾਰਟੀ ਦੇ ਮੈਂਬਰ ਪਾਰਲੀਮੈਂਟ ਜਸਰਾਜ ਹੱਲਣ ਮੌਜੂਦ ਨੇ ਜੋ ਕਿ ਕੈਲਗਰੀ ਫੋਰੈਸਟ ਲਾਂ ਤੋਂ ਚੁਣ ਕੇ ਜਾਂਦੇ ਨੇ ਸਭ ਤੋਂ ਪਹਿਲਾਂ ਉਹਨਾਂ ਦਾ ਸਵਾਗਤ ਕਰਦੇ ਹ ਹਲਨ ਜੀ ਸਵਾਗਤ ਹੈ ਤੁਹਾਡਾ ਤ੍ਰਿਜੇ ਜੀ ਤੁਹਾਨੂੰ ਤੇ ਸਾਰੇ ਦਰਸ਼ਕਾਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਜਸਰਾਜ ਸਭ ਤੋਂ ਪਹਿਲਾਂ ਸ਼ੁਰੂਆਤ ਕਰਦੇ ਆ ਕਿਉਂਕਿ ਲੰਬੇ ਸਮੇਂ ਤੋਂ ਬਾਅਦ ਆਖਰਕਾਰ ਬੈਂਕ ਆਫ ਕੈਨੇਡਾ ਨੇ ਵਿਆਜ ਦਰਾਂ ਵਿੱਚ ਜਿਹੜੀ ਕਮੀ ਕਰਨੀ ਸ਼ੁਰੂ ਕਰ ਦਿੱਤੀ ਹੈ ਤੇ ਹੁਣ 4.5% ਤੇ ਜਿਹੜੀ ਹੈ ਵਿਆਜ ਦਰ ਆ ਗਈ ਹੈ 2 ਮਹੀਨਿਆਂ ਦੇ ਵਿੱਚ ਲਗਾਤਾਰੇ ਦੂਜੀ ਵਾਰ ਵਿਆਜ ਦਰਾਂ ਘਟਾਈਆਂ ਗਈਆਂ ਨੇ ਕੀ ਹਾਲਾਤ ਲੱਗ ਰਹੇ ਆ ਮੌਜੂਦਾ ਸਮੇਂ ਵਿੱਚ ਤੇ ਬੈਂਕ ਆਫ ਕੈਨੇਡਾ ਦਾ ਇਹ ਸਟੈਪ ਕਿਉਂਕਿ ਉਹਨਾਂ ਨੇ ਮੁਖੱਲਮ ਉਹਨਾਂ ਨੇ ਕਿਹਾ ਕਿ ਜੇਕਰ ਇਸੇ ਤਰ੍ਹਾਂ ਹਾਲਾਤ ਰਹੇ ਤੇ ਉਹਨਾਂ ਦੇ ਸਮੇਂ ਦੇ ਵਿੱਚ ਜਿਹੜੀ ਇੰਟਰਸਟ ਰੇਟ ਹੋਰ ਕਟਣਗੇ ਹਾਂਜੀ ਦੇਖੋ ਜੀ ਜਿਹੜਾ ਇੰਟਰਸਟ ਰੇਟ ਕਾਲ ਘਟਿਆ 25 ਬੇਸਿਸ ਪੁਆਇੰਟਸ ਨਾਲੀ ਸੁਣਨ ਨੂੰ ਠੀਕ ਲੱਗਦਾ ਵਧੀਆ ਲੱਗਦਾ ਬਟ ਜਿਹੜੇ ਹਾਲਾਤ ਹੈ ਅੱਜ ਦੀ ਡੇਟ ਦੇ ਵਿੱਚ ਬਹੁਤ ਮਾੜੇ ਨੇ ਸਾਨੂੰ ਇਹ ਵੀ ਦੇਖਣਾ ਚਾਹੀਦਾ ਥੋੜਾ ਜਿਹਾ ਜੇ ਸੀ ਪਿੱਛੇ ਦੇਖੀ ਵੀ ਇਦਾਂ ਇਦਾਂ ਦੇ ਹਾਲਾਤ ਕਿੱਦਾਂ ਬਣੇ ਆ ਪਹਿਲਾਂ ਜਿਹੜਾ ਜਸਟਨ ਟੁਡੋ ਸਾਹਿਬ ਸੀਗੇ ਉਹਨਾਂ ਨੇ ਕਿਹਾ ਸੀਗਾ ਤੁਸੀਂ ਜਾ ਕੇ ਬੋਰੋ ਕਰ ਲਓ ਵੀ ਇੰਟਰਸਟ ਰੇਟ ਬਹੁਤ ਲੋਅ ਰਹਿਣੇ ਆ ਬਹੁਤ ਚਿਰਾਂ ਲਈ ਸੋ ਲੋਕਾਂ ਨੇ ਕਾਫੀ ਮੌਰਗੇਜਸ ਰੀਨੂ ਕਰਵਾਈਆਂ ਮੌਰਗੇਜਸ ਚੱਕੀਆਂ ਉਦੋਂ ਪਰ ਲੋਕਾਂ ਨੂੰ ਇਹ ਨਹੀਂ ਸੀ ਪਤਾ ਕਿ ਜਸਟਿਨ ਟਰੂਡਰ ਨੇ ਉਸ ਤੋਂ ਬਾਅਦ ਹਾਫ ਟ੍ਰਿਲੀਅਨ ਡਾਲਰ ਦਾ ਡੈਟ ਕੈਨੇਡੀਅਨ ਦੇ ਸਰਾਂ ਦੇ ਉੱਪਰ ਪਾਉਣਾ ਹੈ ਉਹਦੇ ਨਾਲ ਕੀ ਹੋਇਆ ਜਦੋਂ ਉਹਨੇ ਇੰਨਾ ਯਾਨੀ ਮਨੀ ਪ੍ਰਿੰਟਿੰਗ ਕੀਤੀ ਆ ਫਿਰ 40 ਸਾਲ ਦੀ ਇਨਫਲੇਸ਼ਨ ਬਣ ਗਈ ਕੈਨੇਡਾ ਦੇ ਵਿੱਚ ਨਾਲ ਦੇ ਨਾਲ ਇੰਨੇ ਜ਼ਿਆਦਾ ਅਗਰੈਸਿਵ ਇੰਟਰਸਟ ਰੇਟ ਹਾਈਕਸ ਬੈਂਕ ਆਫ ਕੈਨੇਡਾ ਨੂੰ ਕਰਨੇ ਪਏ ਮੋਸਟ ਇਨ ਕੈਨੇਡੀਅਨ ਹਿਸਟਰੀ ਤਾਈ ਇੰਨੇ ਜ਼ਿਆਦਾ ਹਾਈ ਇੰਟਰਸਟ ਰੇਟਸ ਆ ਜੇਸੀ ਹਾਊਸਿੰਗ ਦੀ ਗੱਲ ਕਰੀਏ ਉਹਦਾ ਇਫੈਕਟ ਕੀ ਪਿਆ ਹੌਸਿੰਗ ਕਾਸਟ ਡਬਲ ਹੋ ਗਿਆ ਉਹਦੇ ਕਰਕੇ ਮੌਰਗੇਜਸ ਹੁਣ ਜਿਹੜੇ ਰੀਨੂਵੀ ਕਰਵਾ ਰਹੇ ਨੇ ਉਹ ਕਰਵਾ ਰਹੇ ਆ ਡਬਲ ਜਾਂ ਟ੍ਰਿਪਲ ਰੇਟ ਤੇ ਜਿਹੜੇ ਵੈਰੀਏਬਲ ਮੌਰਗੇਜਸ ਤੇ ਨੇ ਕਿੰਨਾ ਹਾਈ ਆ ਮੌਰਗੇਜ ਉਹਨਾਂ ਦਾ ਜਿਹੜੀ ਇਨਫਲੇਸ਼ਨ ਸੀਗੀ ਜਿਹੜੀ ਜਸਟਨ ਟਰੂਡੋ ਨੇ ਕ੍ਰੀਏਟ ਕੀਤੀ ਆ ਜਗਨਜੀਤ ਸਿੰਘ ਦੇ ਸਪੋਰਟ ਤੇ ਨਾਲ ਉਹਦੇ ਨਾਲ ਨਾਲ ਪ੍ਰਾਈਸਾਂ ਇੰਨੀਆਂ ਜ਼ਿਆਦਾ ਵਧ ਗਈਆਂ ਜੇ ਤੁਸੀਂ ਗਰੋਸਰੀ ਦੀ ਗੱਲ ਕਰੋ ਗੈਸ ਦੀ ਹੋਮ ਹੀਟਿੰਗ ਦੀ ਨਾਲੇ ਫਿਰ ਉਹਨਾਂ ਨੇ ਕਾਰਬਨ ਟੈਕਸ ਲਾ ਦਿੱਤਾ ਸੋ ਕੈਲੋਬੀ ਇਹ ਜੋ ਵੀ ਅਸੀਂ ਹਾਲਾਤ ਦੇਖ ਰਹੇ ਆ ਕੈਨੇਡਾ ਦੇ ਵਿੱਚ ਬਾਰੇ ਵਧੀਆ ਨਹੀਂਗੇ ਬਿਕਾਜ਼ ਹੁਣ ਸਾਨੂੰ ਪਤਾ ਹੈ ਵੀ 2 ਮਿਲੀਅਨ ਲੋਕੀ ਇੱਕ ਮਹੀਨੇ ਦੇ ਵਿੱਚ ਫੂਡ ਬੈਂਕ ਨੂੰ ਜਾ ਰਹੇ ਆ 1 ਇਨ 4 ਕੈਲੋਬੀ ਹਰੇਕ 4 ਕੈਨੇਡੀਅਨਸ ਨੂੰ ਜੇ ਤੁਸੀਂ ਪੁੱਛੋ ਇੱਕ ਜਣਾ ਉਹਨਾਂ ਵਿੱਚੋਂ ਕਹਿ ਰਿਹਾ ਵੀ ਇਦਾਂ ਲੱਗਦਾ ਵੀ ਅਸੀਂ ਪਾਵਰਟੀ ਜਿਵੇਂ ਪਾਵਰਟੀ ਦੇ ਵਿੱਚ ਰਹਿੰਦੇ ਆ ਸੋ ਹਾਲਾਤ ਇੰਨੇ ਵਧੀਆ ਨਹੀਂਗੇ ਐਂਡ ਜਿੰਨੀ ਵੀ ਰਿਲੀਫ ਮਿਲਣੀ ਸੀਗੀ ਯੂ نو ਥੋੜੀ ਜੀ ਇੰਟਰਸਟ ਇੰਟਰਸਟ ਜਿਹੜੀ ਘਟੀ ਆ ਉਹ ਉਹਨਾਂ 'ਚ ਤਾਂ ਤੁਸੀਂ ਟ੍ਰੂਡੋ ਦੇ ਜਿਹੜੇ ਟੈਕਸਿਸ ਆ ਉਹਨਾਂ 'ਚ ਉਹਦੇ ਵਿੱਚ ਚੱਲ ਜਾਂਦੇ ਆ ਸੋ ਰਿਲੀਫ ਬਿਲਕੁਲ ਨਹੀਂ ਮਿਲਦੀ ਕੈਨੇਡੀਅਨਸ ਨੂੰ ਬਿਲਕੁਲ ਜਿਵੇਂ ਨਿੱਜੀ ਤੌਰ ਤੇ ਵੀ ਗੱਲ ਕਰਾਂ ਜਿਉਂਕਿ ਅਸੀਂ ਜਦੋਂ ਕਮਿਊਨਿਟੀ ਦੇ ਵਿੱਚ ਵਿਚਰਦੇ ਆ ਸਾਰੇ ਦੋਸਤਾਂ ਮਿੱਤਰਾਂ ਨੂੰ ਹੋਰਾਂ ਨੂੰ ਲੋਕਾਂ ਨੂੰ ਇਹ ਮਿਲਦੇ ਆਮ ਲੋਕਾਂ ਨੂੰ ਤੇ ਇਹ ਜੋ ਕਾਗਜ਼ਾਂ ਦੇ ਉੱਪਰ ਨੰਬਰ ਨਜ਼ਰ ਆਉਂਦੇ ਆ ਪੇਪਰਜ਼ ਦੇ ਉੱਪਰ ਨੰਬਰ ਨਜ਼ਰ ਆਉਂਦੇ ਆ ਕਿ ਮਹਿੰਗਾਈ 8. ਕੁਛ ਤੇ ਸੀ 2022 ਦੇ ਵਿੱਚ ਜੂਨ 2022 ਦੇ ਵਿੱਚ ਤੇ ਜੂਨ 2024 ਦੇ ਵਿੱਚ ਉਹ ਮਹਿੰਗਾਈ ਆ ਗਈ ਹੈ ਜੀ ਕਹਿੰਦੇ ਇਨਫਲੇਸ਼ਨ 2.7 ਤੇ ਆ ਗਈ ਹੈ ਪਰ ਜਦੋਂ ਅਸੀਂ ਸਟੋਰ 'ਚ ਜਾਂਦੇ ਆ ਸਟੋਰ ਤੋਂ ਬਾਹਰ ਨਿਕਲਦੇ ਆ ਤੇ ਪਤਾ ਲੱਗਦਾ ਕਿ ਉਹ ਸਿਰਫ ਪੇਪਰਜ਼ ਵਿੱਚ ਹੈ ਡਾਕੂਮੈਂਟਸ ਵਿੱਚ ਹੈ ਪਰ ਰਿਐਲਿਟੀ ਉਸ ਤੋਂ ਬਹੁਤ ਵੱਖਰੀ ਹੈ ਉਹੀ ਆ ਵੀ ਇਹ ਜਿਹੜੇ ਲਿਬਰਲ ਐਨਡੀਪੀ ਸਰਕਾਰ ਹੈ ਜਸਟਨ ਟਰੂਡੋ ਤੇ ਜਗਮੀਤ ਸਿੰਘ ਇਹ ਆਊਟ ਆਫ ਰਿਐਲਿਟੀ ਨੇ ਉਹ ਔਨ ਦਾ ਗਰਾਉਂਡ ਰਿਐਲਿਟੀ ਦੇਖਦੇ ਨਹੀਂ ਵੀ ਲੋਕਾਂ ਦਾ ਕਿੰਨਾ ਪੇਨ ਪੇਨ ਹੁਣ ਉਹਨਾਂ ਨੂੰ ਫੀਲ ਹੋ ਰਿਹਾ ਤੁਸੀਂ ਬਿਲਕੁਲ ਗੱਲ ਸਹੀ ਕਹੀ ਹੈ ਦੇਖੋ ਜਿਹੜੀਆਂ ਤਨਖਾਹਾਂ ਹੀ ਇਕੱਲਾ ਦੇਖ ਲਓ ਤੁਸੀਂ ਪਹਿਲਾਂ ਇਦਾਂ ਹੁੰਦਾ ਸੀਗਾ ਵੀ 40% ਹਾਊਸਿੰਗ ਦੇ ਵੱਲ ਜਾਂਦਾ ਸੀਗਾ ਪਰ ਨੌ ਸੌ ਜਸਟਨ ਟਰੂਡੋ ਤੇ ਜਗਮੀਤ ਸਿੰਘ ਤੋਂ ਬਾਅਦ ਹੁਣ ਤਕਰੀਬਨ 60 ਜਾਂ 80% 60% ਹੀ ਹੈ ਤਨਖਾਹ ਉਹਦੇ ਵੱਲ ਜਾਂਦੀ ਹੈ ਬਾਕੀ ਫਿਰ ਲੋਕਾਂ ਨੂੰ ਹੁਣ ਕ੍ਰੈਡਿਟ ਕਾਰਡ ਤੇ ਚੱਕਣਾ ਪੈਂਦਾ ਆ ਵੀ ਜੇ ਅਸੀਂ ਗਰੋਸਰੀ ਦੀ ਗੱਲ ਕਰੀਏ ਪਹਿਲਾਂ ਦੇਖੋ ਵੀ 200 ਡਾਲਰ ਕਿੰਨੀ ਗਰੋਸਰੀ ਆ ਜਾਂਦੀ ਸੀ ਹੁਣ ਦੇਖੋ ਲਾਈਕ ਕਈ ਵਾਰ ਇੱਕ ਬੈਗ ਦੇ ਵਿੱਚ ਆ ਜਾਂਦੀ ਆ ਵੀ ਇੰਨਾ ਜ਼ਿਆਦਾ ਫਰਕ ਆ ਵੀ ਤਨਖਾਹ ਤਾਂ ਉਨੀ ਹੀ ਰਹੀ ਆ ਪਰ ਉਹਦਾ ਜਿਹੜਾ ਪਰਚੇਸਿੰਗ ਪਾਵਰ ਆ ਉਹ ਘਟ ਗਿਆ ਵੀ ਖਾਸ ਇਹ ਜਿਹੜੀਆਂ ਇਹਨਾਂ ਦੀਆਂ ਇਨਫਲੇਸ਼ਨਰੀ ਪਾਲਿਸੀਜ਼ ਨੇ ਮੈਂ ਜਿੱਦਾਂ ਪਹਿਲਾਂ ਕਿਹਾ ਵੀ ਜਿੰਨਾ ਇਹਨਾਂ ਨੇ ਮਨੀ ਪ੍ਰਿੰਟ ਕੀਤੀ ਆ ਹੁਣ 2.7% ਤੇ ਇਨਫਲੇਸ਼ਨ ਆ ਪਰ ਫਿਰ ਵੀ 1/3 ਹਾਈ ਆ ਜਿੰਨਾ ਟਾਰਗੇਟ ਰੇਟ ਆ ਉਹ 2% ਆ ਬੈਂਕ ਆਫ ਕੈਨੇਡਾ ਦਾ ਟਾਰਗੇਟ ਰੇਟ ਅਸੀਂ ਕਾਫੀ ਹਾਈ ਆ ਹਾਈ ਇੰਟਰਸਟ ਰੇਟ ਚੱਲ ਰਿਹਾ ਹਾਈ ਇਨਫਲੇਸ਼ਨ ਚੱਲ ਰਹੀ ਆ ਪੇਨ ਤਾਂ ਹੀ ਲੋਕਾਂ ਨੂੰ ਇਦਾਂ ਫੀਲ ਹੋ ਰਹੀ ਆ ਤਾਂ ਹੀ ਹੁਣ ਅਸੀਂ ਦੇਖ ਰਹੇ ਆ ਲੋਕੀ ਹੁਣ ਫੋਰ ਕਲੋਜਰਸ ਹੋ ਰਹੇ ਆ ਇਨਸੋਲਵੈਂਸੀਜ਼ ਹੋ ਰਹੀਆਂ ਅਸੀਂ ਮੈਂ ਪਹਿਲੀ ਵਾਰ ਕੈਨੇਡਾ ਦੇ ਵਿੱਚ ਦੇਖਿਆ ਵੀ ਸਟੂਡੈਂਟਸ ਬ੍ਰਿਜਾਂ ਥੱਲੇ ਰਹਿਣ ਲੱਗ ਗਏ ਆ ਜਿਨ੍ਹਾਂ ਕੋਲ ਜੌਬਸ ਵਧੀਆ ਨੇ ਉਹ ਵੀ ਗੱਡੀਆਂ 'ਚ ਜਾਣ ਲੱਗ ਗਏ ਬਿਕਾਜ਼ ਹਾਊਸਿੰਗ ਦੀ ਕਾਸਟ ਬਹੁਤ ਜ਼ਿਆਦਾ ਹੋ ਗਈ ਆ 900 ਜਸਟਨ ਟੂਡੋ ਤੋਂ ਬਾਅਦ ਬਿਲਕੁਲ ਪਰ ਹੁਣ ਜਦੋਂ ਅਸੀਂ ਮੌਜੂਦਾ ਹਾਲਾਤ ਦੀ ਗੱਲ ਕਰਦੇ ਆ ਪੇਪਰਜ਼ ਉੱਪਰ ਮਹਿੰਗਾਈ ਦਰ ਭਾਵੇਂ ਹੋਰ ਘਟ ਜੇ ਜਿਵੇਂ ਤੁਸੀਂ ਕਹਿੰਦਾ ਇਨਫਲੇਸ਼ਨ ਰੇਟ ਭਾਵੇਂ ਘਟ ਜੇ ਪਰ ਜਦੋਂ ਸਟੋਰਾਂ ਤੇ ਜਾਂ ਤੁਸੀਂ ਅਫੋਰਡੇਬਿਲਟੀ ਦੀ ਗੱਲ ਕਰਦੇ ਹੋ ਹਾਊਸਿੰਗ ਦੀ ਗੱਲ ਕਰਦੇ ਹੋ ਦੁਨੀਆ ਭਰ ਦੇ ਵਿੱਚ ਅਜਿਹੀ ਐਗਜ਼ਾਮਪਲ ਬਹੁਤ ਘੱਟ ਮਿਲਦੀ ਹੈ ਕਿ ਇੱਕ ਵਾਰ ਜਿਹੜੇ ਪ੍ਰਾਈਸਸ ਸੈੱਟ ਹੋ ਜਾਂਦੇ ਆ ਉਹ ਵਾਪਸ ਉਹਨਾਂ ਨੂੰ ਥੱਲੇ ਲੈ ਕੇ ਆਉਣਾ ਇਹ ਬਹੁਤ ਘੱਟ ਐਗਜ਼ੈਂਪਲਸ ਹੁੰਦੀਆਂ ਨੇ ਤੁਹਾਨੂੰ ਲੱਗਦਾ ਕਿ ਜੇ ਅ ਦੇਸ਼ ਦੇ ਲੋਕ ਕੈਨੇਡਾ ਦੇ ਲੋਕ ਕੰਜ਼ਰਵੇਟਿਵ ਪਾਰਟੀ ਨੂੰ ਮੌਕਾ ਦਿੰਦੇ ਆ ਤੁਸੀਂ ਉਹ ਨੰਬਰ ਥੱਲੇ ਲਿਆ ਸਕਦੇ ਹੋ ਐਬਸੋਲੂਟਲੀ ਦੇਖੋ ਜਿਹੜਾ ਕਾਰਬਨ ਟੈਕਸ ਆ ਜਿਹਦੇ ਨਾਲ ਨਾ ਤਾਂ ਕੋਈ এনवायरमेंट ਨੂੰ ਫਾਇਦਾ ਹੋਇਆ ਨਾ ਕੋਈ ਕੈਨੇਡੀਅਨਸ ਨੂੰ ਫਾਇਦਾ ਹੋਇਆ ਪਹਿਲਾਂ ਤਾਂ ਲਿਬਰਲਸ ਤੇ ਐਨਡੀਪੀ ਨੇ ਇੱਕ ਬਹੁਤ ਝੂਠ ਵੇਚਿਆ ਕਾਰਬਨ ਟੈਕਸ ਬਾਰੇ ਉਹਨਾਂ ਨੇ ਕਿਹਾ ਵੀ ਅਸੀਂ এনवायरमेंट ਵੀ ਠੀਕ ਕਰ ਦੇਣਾ ਉਹ ਵੀ ਇਟਸ ਪ੍ਰੂਵਨ ਰੋਂਗ ਅਨਦਰ ਦੇ ਆਪ ਦੇ এনवायरमेंटਲ ডিপਾਰਟਮੈਂਟ ਨੇ ਕਿਹਾ ਵੀ ਝੂਠ ਆ ਬਿਕਾਜ਼ ਅਸੀਂ ਮੈਜ਼ਰ ਨਹੀਂ ਕਰਦੇ ਵੀ ਕਿੰਨਾ ਕਾਰਬਨ ਟੈਕਸ ਜਿਹੜਾ ਲੱਗਦਾ ਆ ਉਹ ਕਿੰਨੇ ਮਿਸ਼ਨਸ ਨੂੰ ਥੱਲੇ ਕਰਦਾ ਉਹਨਾਂ ਨੂੰ ਆਪ ਨੂੰ ਨਹੀਂ ਪਤਾ ਬਿਕਾਜ਼ ਉਹਨਾਂ ਨੂੰ ਵੀ ਪਤਾ ਵੀ ਇਦਾਂ ਇਹ ਇਦਾਂ ਨਹੀਂ ਹੁੰਦਾ ਸੈਕੰਡ ਗੱਲ ਜਿਹੜੀ ਆ ਇਹਨਾਂ ਨੇ ਇਹ ਵੀ ਚਾ ਵੀ ਜੇ ਤੁਸੀਂ ਕਾਰਬਨ ਟੈਕਸ ਪੇ ਕਰੋਗੇ ਉਨੇ ਜਿਆਦਾ ਤੁਹਾਨੂੰ ਪੈਸੇ ਰੀਬੇਟਸ ਵਿੱਚ ਵਿੱਚ ਮਿਲਣਗੇ ਜਿਨ੍ਹਾਂ ਦਾ ਆਪ ਦਾ ਪਾਰਲੀਮੈਂਟਰੀ ਬਜਟਿੰਗ ਆਫਿਸਰ ਹੈ ਜਿਨ੍ਹਾਂ ਨੇ ਟ੍ਰੂਡੋ ਨੇ ਆਪ ਚੁਣਿਆ ਉਹਨੇ ਕਿਹਾ ਇਹ ਵੀ ਝੂਠ ਹੈ ਵੀ ਜਿਆਦਾ ਤੁਸੀਂ ਪੇ ਕਰਦੇ ਹੋ ਘੱਟ ਤੁਹਾਨੂੰ ਰੀਬੇਟਸ ਵਿੱਚ ਮਿਲਦਾ ਆ ਸੋ ਜਿਹੜਾ ਕਾਰਬਨ ਟੈਕਸ ਆ ਇਹ ਚੀਜ਼ ਨੇ ਗਰੋਸਰੀਜ਼ ਦੀ ਕਾਸਟ ਵੀ ਵਧਾਈ ਆ ਬਿਕਾਜ਼ ਜੇ ਤੁਸੀਂ ਫਾਰਮਰ ਤੇ ਵੀ ਕਾਰਬਨ ਟੈਕਸ ਲਾਉਨੇ ਆ ਔਰ ਟਰੱਕਰ ਤੇ ਵੀ ਲਾਉਨੇ ਆ ਜਿਹੜਾ ਸ਼ਿਪ ਕਰਦੇ ਆ ਫਿਰ ਜਿਹੜੇ ਸਟੋਰ ਦੇ ਵਿੱਚ ਅਸੀਂ ਲੈਨੇ ਆ ਗਰੋਸਰੀ ਉਹਨਾਂ ਤੇ ਵੀ ਕਾਰਬਨ ਟੈਕਸ ਲੱਗਦਾ ਫਿਰ ਐਂਡ ਤੇ ਜਦੋਂ ਅਸੀਂ ਫੂਡ ਲੈਨੇ ਆ ਕਾਰਬਨ ਟੈਕਸ ਸਾਡੇ ਤੇ ਹੀ ਪੈਂਦਾ ਆ ਐਂਡ ਆਫ ਡੇ ਕਾਰਬਨ ਟੈਕਸ ਨੂੰ ਖਤਮ ਕਰਨ ਨਾਲ ਕਈ ਇਹਦੇ ਬੈਨੀਫਿਟ ਆ ਇੱਕ ਤਾਂ ਜਿਹੜੇ ਆਮ ਕੈਨੇਡੀਅਨ ਆ ਪੈਸੇ ਜ਼ਿਆਦਾ ਉਹਨਾਂ ਦੇ ਪੌਕੇਟ ਦੇ ਵਿੱਚ ਰਹਿਣਗੇ ਦੂਜੀ ਗੱਲ ਜਿਹੜੀ ਗਰੋਸਰੀ ਪ੍ਰਾਈਸ ਕੈਲੋ ਗੈਸ ਪ੍ਰਾਈਸ ਹੋਮ ਹੀਟਿੰਗ OV ਪ੍ਰਾਈਸ ਘਟ ਚੁਗੀ ਐਂਡ ਔਨ ਟਾਪ ਆਫ ਆਲ ਆਫ ਥੈਟ ਵੀ ਜਿਹੜਾ ਕਾਰਬਨ ਟੈਕਸ ਆ ਜਿਹੜਾ ਇਨਫਲੇਸ਼ਨ ਦਾ ਓਵਰਆਲ ਨੰਬਰ ਆ 0.6 ਸਿਰਫ ਤੇ ਸਿਰਫ ਇਨਫਲੇਸ਼ਨ ਦਾ ਜਿਹੜਾ ਕਾਰਬਨ ਟੈਕਸ ਆ ਕਰਕੇ ਆ ਉਹ ਚੀਜ਼ ਨੂੰ ਐਲੀਮੀਨੇਟ ਕਰਕੇ ਦੇਖੋ ਵੀ ਇੰਟਰਸਟ ਰੇਟ ਵੀ ਥੱਲੇ ਜਲਦੀ ਆ ਸਕਦੇ ਆ बिकॉज ਇਨਫਲੇਸ਼ਨ ਦਾ ਇੰਨਾ ਵੱਡਾ ਨੰਬਰ ਆ। ਔਨ ਟਾਪ ਆਫ 올 ਦੈਟ ਅੱਜ बिकॉज ਆਫ ਜਸਟਨ ਟਰੂਡੋ ਜਿੰਨੀ ਇਨਵੈਸਟਮੈਂਟ ਹੈ ਕੈਨੇਡਾ ਦੇ ਵਿੱਚ ਹੁਣ ਕੋਈ ਇੱਥੇ ਆ ਕੇ ਇਨਵੈਸਟ ਨਹੀਂ ਕਰਿਆ ਕੈਨੇਡਾ ਦੇ ਵਿੱਚ। 9 ਸਾਲ ਦੇ ਵਿੱਚ ਵਿੱਚ ਜਸਟਨ ਟਰੂਡੋ ਨੇ ਹਾਫ ਟ੍ਰਿਲੀਅਨ ਡਾਲਰ ਦੀ ਇਨਵੈਸਟਮੈਂਟ ਅਮਰੀਕਾ ਤੇ ਬਾਲੇ ਮੁਲਕਾਂ ਨੂੰ ਭਜਾਈ ਆ। बिकॉज ਇੱਥੇ ਉਹ ਹਾਲਾਤ ਨਹੀਂ ਗਏ ਇਨਵੈਸਟਮੈਂਟ ਕਰਨ ਦੇ। ਜੀ। ਉਹਦੇ ਨਾਲ ਨਾਲ ਕੀ ਹੁੰਦਾ ਕੰਪੀਟੀਸ਼ਨ ਹੈ ਨਹੀਂ। ਸੋ ਜਿਹੜੇ ਪੰਜ ਵੱਡੇ ਗ੍ਰੋਸਰੀ ਸਟੋਰ ਆ ਇਕੱਲੇ ਉ ਸਾਨੂੰ ਇੱਕ ਇਨਵੈਸਟਮੈਂਟ ਇਥੇ এনवायरमेंट ਕ੍ਰੀਏਟ ਕਰਨਾ ਚਾਹੀਦਾ ਜਿਹੜੀ ਕੰਸਰਵੇਟਿਵ ਸਰਕਾਰ ਥੱਲੇ ਪੀਰ ਪਾਲੀ ਆਫ ਸਾਹਿਬ ਐਸ ਪ੍ਰਾਈਮ ਮਿਨਿਸਟਰ ਦੀ ਥੱਲੇ ਅਸੀਂ ਲੈ ਕੇ ਆਵਾਂਗੇ ਪਹਿਲਾਂ ਜਦੋਂ ਪ੍ਰਾਈਮ ਮਿਨਿਸਟਰ ਸਟੀਵਨ ਹਾਰਪਰ ਸਾਹਿਬ ਹੁੰਦੇ ਸੀ ਲਾਸਟ ਕੰਸਰਵੇਟਿਵ ਪ੍ਰਾਈਮ ਮਿਨਿਸਟਰ ਦੇਖੋ ਇਹ ਗੱਲਾਂ ਹੁੰਦੀਆਂ ਨਹੀਂ ਸੀਗੀਆਂ ਉਦੋਂ ਫੋਰਡਬਿਲਟੀ ਵੀ ਸੀਗੀ ਇਕਨੋਮੀ ਵਧੀਆ ਸੀ ਜੌਬਾਂ ਬਹੁਤ ਵਧੀਆ ਸੀ ਪੇਚੈਕਸ ਵਧੀਆ ਸੀਗੇ ਪਰ ਜਸਟਨ ਟ੍ਰੂਡੋ ਨੇ ਕੀ ਕੀਤਾ ਜਿਹੜੀ ਇਨਫਲੇਸ਼ਨਰੀ ਪਾਲਿਸਿਜ਼ ਜਾਂ ਮਾੜੀਆਂ ਪਾਲਿਸਿਜ਼ ਜਿਹੜੀਆਂ ਜਗਮੀਤ ਸਿੰਘ ਨੇ ਸਪੋਰਟ ਕੀਤੀਆਂ ਉਹਦੇ ਕਰਕੇ ਨਾ ਤਾਂ ਕੰਪੀਟੀਸ਼ਨ ਰਹੀ ਆ ਨਾ ਇਨਵੈਸਟਮੈਂਟ ਰਹੀ ਆ ਜਿੰਨੇ ਜ਼ਿਆਦਾ ਸਟੋਰ ਹੋਣਗੇ ਪ੍ਰਾਈਸ ਜਸਤਾ ਪੀਕ ਘਟ ਜਾਣਗੀਆਂ ਇਟਸ ਇਟਸ ਅਬਾਊਟ ਇਕਨੋਮਿਕਸ ਸੋ ਉਹ ਹਾਲਾਤ ਕ੍ਰੀਏਟ ਕਰਨੇ ਬਹੁਤ ਜ਼ਰੂਰੀ ਨੇ ਜਿਹੜੇ ਪੀਰ ਪਾਲੀ ਸਾਹਿਬ ਕ੍ਰੀਏਟ ਕਰਨਗੇ ਜੀ ਜਗਮੀਤ ਸਿੰਘ ਦਾ ਤੁਸੀਂ ਜ਼ਿਕਰ ਕੀਤਾ ਜਗਮੀਤ ਸਿੰਘ ਹੁਣੇ ਪਿਛਲੇ ਦਿਨੀ ਇੱਕ ਸਟੋਰ ਦੇ ਸਾਹਮਣੇ ਖੜੇ ਹੋ ਕੇ ਉਹਨਾਂ ਨੇ ਇੱਕ ਪ੍ਰੈਸ ਕਾਨਫਰੰਸ ਕੀਤੀ ਸੀ ਜਿਹਦੇ ਵਿੱਚ ਉਹ ਪਹਿਲਾਂ ਸਟੋਰ ਦੇ ਅੰਦਰ ਗਏ ਤਿੰਨ ਕਿ ਚੀਜ਼ਾਂ ਖਰੀਦੀਆਂ ਤੇ ਉਹਨਾਂ ਨੇ ਤਿੰਨ ਕਿ ਚੀਜ਼ਾਂ ਦੇ ਲਿਆ ਕੇ ਦੱਸਿਆ ਕਿ ਬਿੱਲ mera 35 ਡਾਲਰ ਬਿੱਲ ਬਣਿਆ ਤੇ ਜਦਕਿ ਉਹ ਚੀਜ਼ਾਂ ਆਮ ਤੌਰ ਤੇ 5-6 ਡਾਲਰ ਦੇ ਵਿੱਚ ਆ ਜਾਂਦੀਆਂ ਸੀ ਜਗਮੀਤ ਸਿੰਘ ਹੁਣਾਂ ਨੇ ਇੱਕ ਤੇ ਜਿਹੜੇ ਵੱਡੀਆਂ ਕੰਪਨੀ ਗ੍ਰੋਸਰੀ ਇਹ ਹੈਗਾ ਉਹਨਾਂ ਸੀਓ ਜਿਹੜੇ ਨੇ ਉਹਨਾਂ ਦੀ ਗ੍ਰੀਡ ਨੂੰ ਕਹਿਆ ਜ਼ਿੰਮੇਵਾਰ ਜ਼ਿਆਦਾ ਤੇ ਜਸਟਿਨ ਟਰੂਡਰ ਉੱਪਰ ਹੁਣ ਵੀ ਉੱਪਰ ਵੀ ਕਈ ਤਰ੍ਹਾਂ ਦੇ ਸ਼ਬਦੀਓ ਤੀਰ ਛੱਡਦੇ ਰਹਿੰਦੇ ਆ ਫਿਰ ਜਗਮੀਤ ਸਿੰਘ ਦਾ ਕਿਹੜਾ ਰੂਪ ਸਹੀ ਮੰਨਿਆ ਜਾਵੇ ਉਹ ਜਿਹੜਾ ਉਸ ਦਿਨ ਪ੍ਰੈਸ ਕਾਨਫਰੰਸ ਕਰ ਰਿਹਾ ਸੀ ਉਹ ਜੋ ਜਸਟਿਨ ਟਰੂਡਰ ਨੂੰ ਸਪੋਰਟ ਕਰਦਾ ਜਿਹੜੀ ਗੱਲ ਹੁਣ ਤੁਸੀਂ ਰੇਜ਼ ਕੀਤੀ ਆ ਇਹ ਇਹ ਪ੍ਰੂਫ ਆ ਜਗਮੀਤ ਸਿੰਘ ਹਿਪੋਕ੍ਰੇਟ ਨੇ ਬਿਲਕੁਲ ਹਿਪੋਕ੍ਰੇਟ ਤਾਂ ਹੀ ਨੇ ਪੀ ਇੱਕ ਸਾਈਡ ਤੇ ਕੰਪਲੇਨ ਕਰੀ ਜਾਂਦੇ ਆ ਪੀ ਜਸਟ ਇਨ ਟੂ ਡੋ ਆ ਨਹੀਂ ਕਰਦਾ ਉਹ ਨਹੀਂ ਕਰਦਾ ਐਂਡ ਆਫ ਡੇ ਇੱਕੋ ਹੀ ਬੰਦਾ ਉਹਨੂੰ ਪਾਵਰ ਦੇ ਵਿੱਚ ਰੱਖ ਰਿਆ ਉਹ ਜਗਮੀਤ ਸਿੰਘ ਆ ਕਿਉਂ ਰੱਖਦੇ ਪਏ ਆ ਬਿਕਾਜ਼ ਉਹਨਾਂ ਨੂੰ ਆਪਦਾ ਪੈਨਸ਼ਨ ਦੀ ਲਾਲਚ ਦੇ ਵਿੱਚ ਇੰਨਾ ਕੈਨੇਡੀਅਨਸ ਨੂੰ ਸਫਰ ਕਰਨਾ ਪੈਂਦਾ ਫ फेब्रुवारी ਦੇ ਵਿੱਚ ਉਹਨਾਂ ਦੀ ਪੈਨਸ਼ਨ ਲੱਗ ਜਾਣੀ ਹੈ 2 ਮਿਲੀਅਨ ਡਾਲਰ ਦੀ ਅੱਛਾ ਜੀ ਤੇ ਮੈਨੂੰ ਲੱਗਦਾ ਵੀ ਉਸ ਤੋਂ ਬਾਅਦ ਉਹਨਾਂ ਦਾ ਮਾਈਂਡ ਬਦਲ ਜਾਣਾ ਉਹਨਾਂ ਨੇ ਫਿਰ ਕਹਿਣ ਲੱਗ ਜਾਂਦਾ ਯਾਰ ਅਸੀਂ ਸਪੋਰਟ ਨਹੀਂ ਕਰ ਸਕਦੇ ਸੋ ਸਿਰਫ ਤੇ ਸਿਰਫ ਆਪਣੀ ਪੈਨਸ਼ਨ ਦੀ ਲਾਲਚ ਪਿੱਛੇ ਅੰਨਾ ਜ਼ਿਆਦਾ ਤੁਸੀਂ ਕਾਰਪੋਰੇਟ ਗਰੀਡ ਛੱਡੋ ਜਿੰਨਾ ਗਵਰਨਮੈਂਟ ਗਰੀਡ ਆ ਜਿਹੜੇ ਜਗਮੀਤ ਸਿੰਘ ਸਪੋਰਟ ਕਰਦੇ ਆ ਜਿਹੜਾ ਕਾਰਬਨ ਟੈਕਸ ਲਾਇਆ ਜਿਹੜਾ ਉਹਨਾਂ ਵਧਾਉਣਾ ਉਹਨਾਂ ਨੇ ਜੇ ਦੁਬਾਰਾ ਜੇ ਜਸਟਨ ਟਰੂਡੋ ਦੁਬਾਰਾ ਪ੍ਰਾਈਮ ਮਿਨਿਸਟਰ ਬਣ ਗਏ ਜਗਮੀਤ ਸਿੰਘ ਪੂਰੀ ਸਪੋਰਟ ਕਰਨਗੇ ਉਹ ਕੁਆਡਰੂਪਲ ਕਰਨਾ ਚਾਹੁੰਦੇ ਆ ਜਿਹੜਾ ਕਾਰਬਨ ਟੈਕਸ ਆ ਜਿਹੜੀ ਹਾਊਸਿੰਗ ਡਬਲ ਹੋਈ ਆ ਉਹ ਜਗਮੀਤ ਸਿੰਘ ਕਰਕੇ ਤੇ ਜਸਟਨ ਟਰੂਡੋ ਕਰਕੇ ਹੁੰਦੀ ਆ ਬਿਕਾਜ਼ ਪਾਲਿਸੀਜ਼ ਇੰਦ ਇਤਨੀਆਂ ਨੇ ਲਿਆਂ ਲਿਆਂਦੀਆਂ ਵੀ ਸਾਰਾ ਕੁਝ ਮਹਿੰਗਾ ਹੋ ਗਿਆ ਆ ਜੇ ਅਸੀਂ ਕਾਮਨ ਸੈਂਸ ਦੇਖੋ ਅਗਲੀ ਜਿਹੜੀ ਇਲੈਕਸ਼ਨ ਆ ਇੱਕ ਕਲੀਅਰ ਡਿਫਰੈਂਸ ਹੋਣਾ ਆ ਜਾਂ ਤੁਸੀਂ ਸੇਮ ਚੀਜ਼ ਜਿਹੜੀ ਜਸਟਨ ਟਰੂਡੋ ਤੇ ਜਗਮੀਤ ਸਿੰਘ ਲੈ ਕੇ ਆਏ ਆ ਜਿਨ੍ਹਾਂ ਨੇ ਡਬਲ ਕੋਸਟ ਕੀਤੀ ਆ ਹਾਊਸਿੰਗ ਦੀ ਪ੍ਰਾਈਸੇਸ ਵਧਾਈਆਂ ਜਾਂ ਇੱਕ ਕਾਮਨ ਸੈਂਸ ਕੰਸਰਵੇਟਿਵ ਸਰਕਾਰ ਜਿਹਦੇ ਵਿੱਚ ਅਸੀਂ ਕਾਰਬਨ ਟੈਕਸ ਨੂੰ ਖਤਮ ਕਰ ਦੇਣਾ ਹਾਊਸਿੰਗ ਲਈ ਸਾਡੇ ਕੋਲ ਇੱਕ ਪਲਾਨ ਆ ਬਿਲਕੁਲ ਕਾਰਬਨ ਟੈਕਸ ਖਤਮ ਕਰੋਗੇ ਅਫੋਰਡੇਬਿਲਟੀ ਨੂੰ ਕਿਵੇਂ ਕੰਟਰੋਲ ਕੀਤਾ ਜਾਵੇਗਾ ਹਾਊਸਿੰਗ ਦੀ ਵੱਡੀ ਸਮੱਸਿਆ ਜੋ ਚੱਲ ਰਹੀ ਹੈ ਇਸ ਵਕਤ ਬਿਲਕੁਲ ਜੀ ਇੱਕ ਤਾਂ ਅਸੀਂ ਕਾਰਬਨ ਟੈਕਸ ਨੂੰ ਖਤਮ ਕਰ ਦੇਣਾ ਗੈਸ ਕਰੋਚੀ ਜਿਹੜੀ ਹੋਮ ਹੀਟਿੰਗ ਦੀ ਕਾਸਟ ਆ ਇਨਫਲੇਸ਼ਨ ਘਟ ਜਾਣੀ ਆ ਉਹਦੇ ਨਾਲ ਇੱਕ ਜਿਹੜਾ ਹਾਊਸਿੰਗ ਦਾ ਸਭ ਤੋਂ ਵੱਡਾ ਇਸ਼ੂ ਆ ਦੇਖੋ ਜਸਟਿਨ ਟਰੂਡੋ ਨੇ ਜਗਮੀਤ ਸਿੰਘ ਦੀ ਸਪੋਰਟ ਦੇ ਨਾਲ ਫੇਰ ਉਹਨਾਂ ਨੇ 90 ਬਿਲੀਅਨ ਡਾਲਰ ਲਾਇਆ ਹਾਊਸਿੰਗ ਤੇ ਤੇ ਹਾਊਸਿੰਗ ਨਾਲ ਕੀ ਹੋਇਆ ਡਬਲ ਹੋ ਗਈ ਆ ਕਾਸਟ ਹਾਊਸਿੰਗ ਦੀ ਵੀ ਇੰਨੀ ਇਨਕੰਪਟੈਂਸੀ ਕਹੋ ਇੰਨੀ ਇਨਕੰਪਟੈਂਸੀ ਆ ਵੀ 90 ਬਿਲੀਅਨ ਡਾਲਰ ਖਰਚਣ ਤੋਂ ਬਾਅਦ ਕੈਨੇਡੀਅਨ ਟੈਕਸ ਪੇਅਰ ਦੇ ਪੈਸਿਆਂ ਦੇ ਨਾਲ ਸਾਡਾ ਪਲਾਨ ਸਿੰਪਲ ਆ ਅਸੀਂ ਜਦੋਂ ਵੀ ਪ੍ਰਾਈਮ ਮਿਨਿਸਟਰ ਪੀਅਰ ਪੋਲੀਫ ਸਬ ਆਨ ਦੀ ਕਾਮਨ ਸੈਂਸ ਕਨਸਰਵੇਟਰ ਸਰਕਾਰ ਦੇ ਨਾਲ ਅਸੀਂ ਮਿਨਿਸਪੈਲਿਟੀਆਂ ਨੂੰ ਇੱਕ ਇਨਸੈਂਟਿਵ ਦੇਣਾ 15% ਆਪਣੇ ਪਰਮਿਟਸ ਵਧਾਓ ਬਿਕਾ ਸਪਲਾਈ ਦੀ ਘਾਟ ਆ ਇੱਥੇ ਸਪਲਾਈ ਦੀ ਬਹੁਤ ਲੋੜ ਆ ਜਸਟਨ ਟਰੂਡ ਦੇ ਥੱਲੇ ਕੀ ਆ ਵੀ ਉਹ ਪੈਸੇ ਮਿਨਿਸਪਲ ਮਿਨਿਸਪੈਲਿਟੀਆਂ ਨੂੰ ਦਈ ਜਾਂਦੇ ਆ ਪਰ ਉਹ ਕੱਲੇ ਬਿਰੋਕਰੇਸੀ ਹੋਰ ਕ੍ਰੀਏਟ ਕਰ ਰਹੇ ਆ ਕੋਈ ਬਿਲਡਿੰਗ ਨਹੀਂ ਹੋ ਰਹੀ ਸੋ ਅਸੀਂ ਇਨਸੈਂਟਿਵ ਦਵਾਂਗੇ ਜਿੱਦਾਂ ਰੀਅਲਟੇਟਰਸ ਕੰਮ ਕਰਦੇ ਆ ਉਹਨਾਂ ਉਹਨਾਂ ਕੋਲ ਇੱਕ ਟਾਰਗੇਟ ਹੁੰਦਾ ਜੇ ਮੀਟ ਕਰਦੇ ਆ ਟਾਰਗੇਟ ਫਿਰ ਉਹਨਾਂ ਨੂੰ ਬੋਨਸ ਮਿਲਦਾ ਜੇ ਨਹੀਂ ਮੀਟ ਕਰਦੇ ਬੋਨਸ ਨਹੀਂ ਮਿਲਦਾ municipalities will have to work the same way ਤੁਸੀਂ ਜੇ 15% ਮੀਟ ਕਰਦੇ ਹੋ ਫੈਡਰਲ ਗਵਰਨਮੈਂਟ ਅੰਡਰ ਪੀਅਰ ਪੋਲੀਅਵ ਅਸੀਂ ਬੋਨਿੰਗ ਬਿਲਡਿੰਗ ਬੋਨਸ ਦਵਾਂਗੇ ਫੈਡਰਲ ਡਾਲਰਸ ਜਾਣਗੇ ਤੁਹਾਨੂੰ ਜੇ ਨਹੀਂ ਮੀਟ ਕਰਦੇ ਫਿਰ ਅਸੀਂ ਵਿਥਹੋਲਡ ਕਰਾਂਗੇ ਜਿੰਨਾ ਚਿਰ ਤੁਸੀਂ ਮੀਟ ਨਹੀਂ ਕਰਦੇ ਉਹ ਟਾਰਗੇਟ ਨੂੰ ਸੋ ਦੈਟਸ ਆਰ ਨੰਬਰ 1 ਪਲਾਨ ਦੂਜੀ ਸਾਈਡ ਤੇ ਹਾਈ ਇੰਟਰਸਟ ਰੇਟਸ ਅਸੀਂ ਦੇਖ ਲਿਆ ਜਸਟਨ ਟੂਡਰ ਦੀ ਸਪੈਂਡਿੰਗ ਕਰਕੇ ਹਾਈ ਇੰਟਰਸਟ ਰੇਟਸ ਇੱਥੇ ਹੀ ਰਹਿੰਦੇ ਆ ਸੋ ਉਹਦੇ ਲਈ ਸਾਡਾ ਕੀ ਪਲਾਨ ਆ ਵੀ ਜਿਹੜੀ ਗਵਰਨਮੈਂਟ ਸਪੈਂਡਿੰਗ ਆ ਜਿਹਦਾ ਬਹੁਤ ਵੱਡਾ ਅ ਅਫੈਕਟ ਇਹ ਇੰਟਰਸਟ ਰੇਟਸ ਦੇ ਉੱਪਰ ਇਨਫਲੇਸ਼ਨ ਦੇ ਉੱਪਰ ਅਸੀਂ 1 ਡਾਲਰ ਫॉर ਡਾਲਰ ਵਾਲਾ ਲਾਅ ਲਾਕੇ ਆਵਾਂਗੇ ਅਮਰੀਕਾ ਦੇ ਵਿੱਚ ਬਹੁਤ ਸਕਸੈਸਫੁਲ ਸੀਗਾ ਵੀ ਜੇ ਕੋਈ ਵੀ ਮਨਿਸਟਰ ਪੀਅਰ ਪੋਲੀਆਫ ਸਾਹਿਬ ਦੇ ਥੱਲੇ ਡਾਲਰ ਖਰਚਣਾ ਚਾਹੁੰਦੇ ਆ 1 ਡਾਲਰ ਦੀ ਸੇਵਿੰਗ ਆਪਣੀ ਪੈਣੀ ਆ ਅਸੀਂ ਘਰੇ ਵੀ ਇਦਾਂ ਹੀ ਬਜਟ ਚਲਾਉਨੇ ਆ ਜੇ ਅਸੀਂ ਕੋਈ ਡੈਕ ਬਣਾਉਣਾ ਕਰੇ 1 ਡਾਲਰ ਦੀ ਸੇਵਿੰਗ ਲੱਭਣੀ ਪੈਣੀ ਆ ਫਿਰ ਅਸੀਂ ਕੁਝ ਖਰਚ ਸਕਦੇ ਆ ਸੇਮ ਥਿੰਗ ਗਵਰਨਮੈਂਟ ਸ਼ੁਡ ਰਿਸਪੈਕਟ ਟੈਕਸਪੇਅਰ ਮਨੀ ਦ ਸੇਮ ਵੇ ਸੋ ਉਹਦੇ ਨਾਲ ਕੀ ਹੋਊਗਾ ਜਿਹੜਾ ਬਜਟ ਆ ਉਹ ਆਪਣੇ ਫਿਰ ਬੈਲੈਂਸ ਹੋਊਗਾ ਬੈਲੈਂਸ ਹੋਣ ਦੇ ਨਾਲ ਇਨਫਲੇਸ਼ਨ ਤੇ ਇੰਟਰਸਟ ਰੇਟਸ ਦਾ ਜਿਹੜੀ ਅਸੀਂ ਹੁਣ ਦੇਖ ਰਹੇ ਆ ਵੀ ਲੋਕੀ ਡਬਲ ਟ੍ਰਿਪਲ ਰੇਟ ਤੇ ਜਿਹੜੇ ਆਪਣੇ ਮੌਰਗੇਜਸ ਰੀਨੂ ਕਰਵਾ ਰਹੇ ਨੇ ਉਹ ਚੀਜ਼ ਨੂੰ ਹੁਣੇ ਉਹਦਾ ਉਹਦੀ ਪ੍ਰੋਪਰ ਟੇਕ ਕੇਅਰ ਕਰਨੀ ਬਹੁਤ ਜ਼ਿਆਦਾ ਜ਼ਰੂਰੀ ਆ ਇਹ ਸਾਡਾ ਕਾਮਨ ਸੈਂਸ ਪਲਾਨ ਆ ਪੀਅਰ ਪਾਲੀ ਆਫ ਸਾਥ ਦੇ ਥੱਲੇ ਬਿਲਕੁਲ ਹੁਣ ਥੋੜਾ ਜਿਹਾ ਆ ਜੰਨੇ ਜੋ ਸਿਆਸੀ ਹਲਚਲ ਹੋ ਰਹੀ ਆ ਪੂਰੇ ਕੈਨੇਡਾ ਦੇ ਵਿੱਚ ਅਸੀਂ ਸ਼ੁਰੂਆਤ ਕਰਦਾ ਵਾਂ ਸਭ ਤੋਂ ਪਹਿਲਾਂ ਕਿਉਂਕਿ ਜਦੋਂ ਅਮਰੀਕਾ ਦੇ ਵਿੱਚ ਰਾਸ਼ਟਰਪਤੀ ਜੋ ਬਾਈਡਨ ਤੇ ਡੋਨਲਡ ਟਰੰਪ ਹੋਣਾਂ ਦੀ ਪਹਿਲੀ ਡਿਬੇਟ ਹੋਈ ਡਿਬੇਟ ਦੇ ਵਿੱਚ ਜੋ ਬਾਈਡਨ ਹੋਣਾਂ ਦੀ ਪਰਫਾਰਮੈਂਸ ਜਿਹੜੀ ਬਹੁਤ ਪੂਰ ਰਹੀ ਬਹੁਤ ਮਾੜੀ ਰਹੀ ਤੇ ਉਸ ਤੋਂ ਬਾਅਦ ਪਾਰਟੀ ਦੇ ਅੰਦਰੋਂ ਪ੍ਰੈਸ਼ਰ ਇੰਨਾ ਜ਼ਿਆਦਾ ਬਿਲਟ ਹੋ ਗਿਆ ਕਿ ਜੋ ਬਾਈਡਨ ਹੋਣਾਂ ਨੂੰ ਆਪਣਾ ਉਹ ਜਿਹੜੀ ਰੇਸ ਚੋਂ ਬਾਹਰ ਹੋਣਾ ਪਿਆ ਤੇ ਕਮਲਾ ਹੈਰਿਸ ਦਾ ਨਾਮ ਰეკਮੈਂਡ ਕਰਨਾ ਪਿਆ ਇਥੇ ਦੀ ਗੱਲ ਕਰਦੇ ਆ ਜੇਕਰ ਟ੍ਰਾਂਟੋ ਦੀ ਸੇਂਟ ਪੌਲ ਸੀਟ ਤੋਂ ਉੱਪਰ ਲਿਬਰਲ ਹਾਰਦੇ ਆ ਜਿਹੜੀ ਉਹਨਾਂ ਦੀ ਪੱਕੀ ਸੀਟ ਸੀ ਉਸ ਤੋਂ ਬਾਅਦ ਪਾਰਟੀ ਦੇ ਅੰਦਰ ਆਵਾਜ਼ਾਂ ਤੇ ਉੱਠ ਰਹੀਆਂ ਨੇ ਲਿਬਰਲ ਪਾਰਟੀ ਦੇ ਅੰਦਰ ਪਰ ਜਸਟਿਨ ਟਰੂਡੋ ਹੁਣੀ ਸਟੈਪ ਡਾਊਨ ਕਰਨ ਨੂੰ ਤਿਆਰ ਨਹੀਂ ਇਹਦੇ ਪਿੱਛੇ ਕੀ ਰੀਜ਼ਨ ਹੈ ਈਗੋ ਜੀ ਈਗੋ ਦੈਟਸ ਇਟ ਪਾਵਰ ਹੰਗਰੀ ਹੀ ਇਜ਼ ਵੈਰੀ ਪਾਵਰ ਹੰਗਰੀ ਤੇ ਉਹਨਾਂ ਨੂੰ ਪਤਾ ਵੀ ਜਗ ਮੀਤ ਸਿੰਘ ਦੀ ਪੈਨਸ਼ਨ ਉਹਨੂੰ ਲਾਲਚਾ ਪੈਨਸ਼ਨ ਦਾ ਵੀ ਮੈਂ ਤਾਂ ਇੱਥੇ ਜਿੰਨਾ ਮਰਜੀ ਮੈਂ ਇੱਥੇ ਰਹਿ ਸਕਦਾ ਫ फेब्रुवारी ਤੱਕ ਮੈਂ ਮੈਂ ਰਾਮ ਨਾਲ ਇਦਾਂ ਚਲਾਈ ਜਾਊਂਗਾ ਬਿਕਾਜ਼ ਜਿਹੜੇ ਅ ਅੰਦਰਵਾਦ ਜਾਂ ਜਿਹੜੀਆਂ ਆਈਆਂ ਵੀ ਲਿਬਰਲ ਸਰਕਾਰ ਦੇ ਵਿੱਚ ਉਹ ਉਹਨਾਂ ਚੋਂ ਨਹੀਂ ਆਈਆਂ ਜਿਹੜੀਆਂ ਜਿਹੜੀ ਸਿਟਿੰਗ ਐਮਪੀ ਆ ਉਹਨਾਂ ਤੋਂ ਹੀ ਆਈਆਂ ਵੀ ਜਿਨ੍ਹਾਂ ਨੇ ਕਿਹਾ ਵੀ ਅਸੀਂ ਦੁਬਾਰਾ ਰਾਨੀ ਕਰਨਾ ਸੋ ਜੋ ਮਰਜੀ ਕਹਿ ਸਕਦੇ ਆ ਅਸਲ 'ਚ ਕੀ ਆ ਵੀ ਦੇ ਡੋਨਟ ਕੇਅਰ ਅਬਾਊਟ ਜਿਹੜੇ ਕੈਨੇਡੀਅਨਸ ਦੀ ਜਿਹੜੀ ਸਫਰਿੰਗ ਹੋ ਰਹੀ ਆ ਹੋਣਾ ਕੀ ਚਾਹੀਦਾ ਅਸੀਂ ਕਹਿ ਰਹੇ ਹਾਂ ਉਹਨਾਂ ਨੂੰ ਕਿ ਜਗਮੀਤ ਸਿੰਘ ਅਸੀਂ ਤੁਹਾਡੇ ਲਈ ਫੰਡ ਇਕੱਠਾ ਕਰ ਦੰਨੇ ਆ ਪੈਨਸ਼ਨ ਦਾ ਤੁਸੀਂ ਇੱਕ ਹੁਣੇ ਹੀ ਕਾਰਬਨ ਟੈਕਸ ਇਲੈਕਸ਼ਨ ਕਾਲ ਕਰ ਲਓ ਕੈਨੇਡੀਅਨਸ ਡਿਸਾਈਡ ਕਰਨ ਕੈਨੇਡੀਅਨਸ ਦੇ ਹੱਥ ਵਿੱਚ ਹੋਵੇ ਵੀ ਉਹ ਚਾਹੁੰਦੇ ਆ ਵੀ ਕਾਰਬਨ ਟੈਕਸ ਨੂੰ ਕੁਆਡਰੁਪਲ ਕਰਨਾ ਚਾਹੁੰਦੇ ਆ ਲਿਬਰਲ ਐਂਡੀਪੀ ਦੇ ਥੱਲੇ ਜਾਂ ਉਹਨਾਂ ਕੋਲ ਇੱਕ ਕਲੀਅਰ ਇੱਕ ਹੋਗਾ ਡਿਸੀਜਨ ਵੀ ਇੱਕ ਕਾਮਨ ਸੈਂਸ ਕੰਜ਼ਰਵੇਟਿਵ ਗਵਰਨਮੈਂਟ ਨੂੰ ਜੁ ਚੁਣ ਕੇ ਅਸੀਂ ਤੁਹਾਡਾ ਕਾਰਬਨ ਟੈਕਸ ਖਤਮ ਕਰ ਦੇਣਾ ਘਰ ਬਣਨਗੇ ਪ੍ਰੋਪਰ ਅਸੀਂ ਬਜਟ ਨੂੰ ਅਸੀਂ ਬੈਲੈਂਸ ਕਰਾਂਗੇ ਤੇ ਜਿਹੜੇ ਅਸੀਂ ਦੇਖ ਰਹੇ ਹਾਂ ਕ੍ਰਾਈਮ ਕੇਸ ਡਰੱਗਸ ਜਿਹੜੀ ਐਕਸਟਰਸ਼ਨਸ ਹੋ ਰਹੀਆਂ ਆਟੋ ਥੈਫਸ ਹੋ ਰਹੇ ਆ ਅਸੀਂ ਸ਼ਕਤੀ ਵੀ ਲਿਆਣੀ ਆ ਜਸਟਿਸ ਸਿਸਟਮ ਦੇ ਵਿੱਚ ਸੋ ਇੱਕ ਕਲੀਅਰ ਡਿਫਰੈਂਸ ਆ ਤੇ ਅਸੀਂ ਕਹਿੰਨੇ ਆ ਵੀ ਹੁਣ ਹੀ ਇਲੈਕਸ਼ਨ ਕਾਲ ਕਰ ਲੈਣ ਸੋ ਕਨੇਡੀਅਨਸ ਦੀ ਜਿਹੜੀ ਸਫਰਿੰਗ ਆ ਉਹ ਅਸੀਂ ਤਾਂ ਐਂਡ ਕਰੀਏ ਹੁਣ ਜੀ ਹੁਣ ਕਿਉਂਕਿ ਕ੍ਰਾਈਮ ਰੇਟ ਜਿਵੇਂ ਸਾਰੇ ਜਾਣਦੇ ਆ ਕਿ ਲਗਾਤਾਰ ਵਧ ਰਿਹਾ ਤੇ ਅੱਜ ਮੈਂ ਕੱਲ ਦੀ ਗੱਲ ਲੈ ਕੇ ਸ਼ਾਇਦ ਪਰਸੋਂ ਦੀ ਗੱਲ ਤੇ ਉੱਥੇ ਬ੍ਰੈਂਟਨ ਦੇ ਵਿੱਚ ਉਹਨਾਂ ਨੇ ਕੋਈ 18 ਜਣੇ ਅਰੈਸਟ ਕੀਤੇ ਜਿਹੜੇ ਚੋਰੀਆਂ ਕਰਨ ਦੇ ਵਿੱਚ ਘਰਾਂ ਵਿੱਚ ਦਾਖਲ ਹੋ ਕੇ ਜਾਂ ਵੈਪਨ ਦੇ ਨਾਲ ਲੋਕਾਂ ਨੂੰ ਲੁੱਟਣ ਦੇ ਮਾਮਲੇ ਦੇ ਵਿੱਚ ਤੇ ਉਹਦੇ ਵਿੱਚ ਜਿਹੜੇ ਅਪੀਲ origignal ਪੁਲਿਸ ਤੇ ਚੀਫ ਨੇ ਨਿਸ਼ਾਨ ਦਰਿਪਾ ਉਹਨਾਂ ਨੇ ਇੱਕ ਗੱਲ ਕਹੀ ਕਿ ਇਹਨਾਂ ਵਿੱਚ ਬਹੁਤ ਸਾਰੇ ਲੋਕ ਹੋ ਉਹ ਨੇ ਜਿਨ੍ਹਾਂ ਨੂੰ ਪਹਿਲਾਂ ਵੀ ਅਰੈਸਟ ਕੀਤਾ ਜਾ ਚੁੱਕਾ ਹੈ ਤੇ ਕੋਰਟ ਤੋਂ ਬੇਲ ਲੈ ਕੇ ਬਾਹਰ ਆ ਕੇ ਫਿਰ ਤੋਂ ਕ੍ਰਾਈਮ ਕਰ ਰਹੇ ਆ ਤੇ ਇਸ ਤਰ੍ਹਾਂ ਦੀ ਗੱਲ ਲਗਾਤਾਰ ਪੀਅਰ ਪੋਲੀਵਰਬਲ ਹੋਈ ਹੁੰਦੀ ਰਹੀ ਹੈ ਇਹ ਟ੍ਰੈਕ ਰੈਕਟਡ ਜਾਂ ਲਿਬਰਲ ਐਨਡੀਪੀ ਸਰਕਾਰ ਦਾ ਸੌਫਟ ਔਨ ਕ੍ਰਾਈਮ ਜਿਹੜੇ ਜਿਹੜੀ ਮੰਡਟਰੀ ਮਿਨਿਮਮ ਆ ਜਾਂ ਕਹਿ ਲਓ ਵੀ ਜਿਹੜੀ ਸਖਤੀ ਆ ਉਹਨਾਂ ਨੇ ਘਟਾਈ ਆ ਦੋ ਬਿੱਲ ਲੈ ਕੇ ਆਏ ਆ ਨਾ ਇਹ 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 ਸਰਕਾਰ ਨੇ ਬਿੱਲ ਸੀ 75 ਤੇ ਸੀ 5 ਇੰਨਾ ਨਹੀਂ ਲਾਈਕ ਜਿਹੜੀ ਸ਼ਕਤੀ ਹੋਣੀ ਚਾਹੀਦੀ ਸੀਗੀ ਇਟਸ ਇਟਸ ਗੋਨ ਸੌਫਟ ਸੋ ਜਿਹੜਾ ਰਿਪੀਟ ਅਫੈਂਡਰ ਆ ਉਹਨਾਂ ਨੂੰ ਜੇ ਮਜ਼ਾਕ ਹੀ ਆ ਹੁਣ ਕਹ ਲਓ ਵੀ ਹੁਣ ਇਹ ਮਜ਼ਾਕ ਚੱਲ ਰਿਹਾ ਵੀ ਸਵੇਰੇ ਅਰੈਸਟ ਹੁੰਦੇ ਆ ਜਿਹੜੇ ਰਿਪੀਟ ਅਫੈਂਡਰ ਆ ਦੁਪਹਿਰ ਤੱਕ ਫੇਰ ਉਹਨਾਂ ਨੂੰ ਛੁੱਟੀ 'ਚ ਬੇਲ ਮਿਲ ਜਾਂਦੀ ਆ ਫੇਰ ਲੇਟ ਆਫਟਰਨੂਨ ਦੇ ਵਿੱਚ ਜਦੋਂ ਫੇਰ ਅਰੈਸਟ ਹੁੰਦੇ ਆ ਸ਼ਾਮ ਤੱਕ ਫੇਰ ਉਹ ਬੇਲ ਉਹਨਾਂ ਨੂੰ ਮਿਲ ਜਾਂਦੀ ਆ ਇਹਦੇ ਕਰਕੇ ਪੁਲਿਸ ਦੇ ਹੱਥ ਵੀ ਬੰਨੇ ਜਾਂਦੇ ਆ ਹੁਣ ਜਿਹੜੇ ਜਿਹੜੀ ਗੱਲ ਤੁਸੀਂ ਕੀਤੀ ਜਿਹੜੇ 18 ਜਾਣੇ ਅਰੈਸਟ ਹੋਏ ਆ ਮੈਨੂੰ ਲੱਗਦਾ ਅੱਧੇ ਉਹਨਾਂ ਦੇ ਵਿੱਚੋਂ ਆਲਰੇਡੀ ਬੇਲ ਤੇ ਬੇਲ ਹੋ ਗਈ ਆ ਉਹਨਾਂ ਨੂੰ। ਇਹੀ ਇਹੀ ਸੌਫਟ ਔਨ ਕਰਾਈਮਸ ਪਾਲਿਸੀ ਕਰਕੇ ਕੈਨੇਡਾ ਦਾ ਬਹੁਤ ਬੁਰਾ ਹਾਲ ਆ। ਹੁਣ ਆਰੋਥੈਫਸੀ ਵਧ ਗਈਆਂ, ਐਕਸਟਰਸ਼ਨਸ ਵਧ ਗਏ ਆ, ਵਾਇਲੈਂਟ ਕਰਾਈਮ ਵਧ ਗਿਆ। ਜਦੋਂ ਪ੍ਰੀਵੀਅਸ ਕੰਸਰਵੇਟਰ ਸਰਕਾਰ ਹੁੰਦੀ ਸੀ ਇਹ ਚੀਜ਼ਾਂ ਘਟ ਗਈਆਂ ਸੀ। ਐਕਸਟਰਸ਼ਨਸ ਆ ਬਹੁਤ ਘੱਟ ਸੁਣਨ ਨੂੰ ਮਿਲਦਾ ਸੀ। ਹੁਣ ਤਾਂ ਐਵਰੀ ਡੇ ਦਾ ਅਸੀਂ ਸੁਣ ਸੁਣਨ ਨੂੰ ਮਿਲ ਰਿਹਾ ਕਿ ਕਿਸ ਨੂੰ ਐਕਸਟਰਸ਼ਨ ਹੋ ਗਈ ਆ, ਕਿਸੇ ਦੀ ਗੱਡੀ ਚੋਰੀ ਹੋ ਗਈ ਆ। ਕੈਨ ਯੂ ਬਲੀਵ? ਵੀ ਜਿਹੜਾ ਜਸਟਨ ਟਰੂਡੋ ਦਾ ਜਿਹੜਾ ਜਸਟਿਸ ਮਿਨਿਸਟਰ ਆ ਤਿੰਨ ਵਾਰੀ ਉਹਦੀ ਗੱਡੀ ਚੋਰੀ ਹੋ ਗਈ ਆ ਕਰੋ ਕੈਨ ਯੂ ਬਲੀਵ ਥੈਟ ਵੀ ਇੰਨੀ ਜਿਆਦਾ ਸੌਫਟ ਔਨ ਕਰਾਈਮ ਪੋਲਿਸੀਜ਼ ਆ ਕਾਮਨ ਸੈਂਸ ਕੰਸਰਵੇਟਰ ਸਰਕਾਰ ਪੀਰ ਪਾਲੀਆ ਸਾਹਿਬ ਦੇ ਥੱਲੇ ਅਸੀਂ ਸਖਤੀ ਫੇਰ ਲਾਵਾਂਗੇ ਮੈਨਟੋਰੀ ਮਿਨਿਮਮਸ ਲੈ ਕੇ ਆਵਾਂਗੇ ਰੀਸੈਂਟਲੀ ਮੇਰਾ ਇੱਕ ਕਾਲੀਗਾ ਸਾਡੇ ਡੈਪੁਟੀ ਲੀਡਰ ਟਿਮੋਪੋਲ ਸਾਹਿਬ ਜਿਹੜੇ ਪਹਿਲਾਂ ਮਿਨਿਸਟਰ ਵੀ ਰਹੇ ਸੀ ਸਟੀਵਨ ਹਾਰਪਰ ਦੇ ਥੱਲੇ ਉਹਨਾਂ ਨੇ ਇੱਕ ਐਕਸਟਰਸ਼ਨ ਦਾ ਬਿੱਲ ਲੈ ਕੇ ਆਏ ਸੀਗੇ ਵੀ ਜਿਹੜਾ ਵੀ ਕੋਈ ਐਕਸਟਰਸ਼ਨ ਕਮਿਟ ਕਰਦਾ ਆ ਗੰਦੇ ਨਾਲ ਉਹਨਾਂ ਸ਼ਕਤੀ ਮਿਲਣੀ ਚਾਹੀਦੀ ਆ ਐਸ ਥਰੂ ਐਸ ਜਸਟਿਸ ਸਿਸਟਮ ਇਸ ਪਰ ਐਸ ਆਲਵੇਸ ਲਿਬਰਲਸ ਤੇ ਐਨ ਡੀ ਪੀ ਨੇ ਵੋਟ ਉਲਟ ਪਾਈ ਆ ਉਹ ਬਿਲ ਨੂੰ ਉਹਨਾਂ ਨੇ ਵੋਟ ਡਾਊਨ ਕਰ ਲਿਆ ਦੇ ਆਰ ਨਾਟ ਸੀਰੀਅਸ ਅਬਾਊਟ ਕ੍ਰਾਈਮ ਅਸੀਂ ਉਹੀ ਦੁਬਾਰਾ ਜਿਹੜਾ ਸਟਰੋਂਗ ਜਸਟਿਸ ਸਿਸਟਮ ਲਾ ਕੇ ਆਵਾਂਗੇ ਜੀ ਹੁਣ ਤੁਹਾਡੇ ਕਿਉਂਕਿ ਤੁਸੀਂ ਕ੍ਰਿਟਿਕ অফ ਫਾਈਨਾਂਸ ਦੇ ਜਿਹੜੇ ਮਾਮਲੇ ਆ ਉਹਨਾਂ ਨੂੰ ਲੈ ਕੇ ਤੇ ਪਿਛਲੇ ਕਈ ਦਿਨਾਂ ਤੋਂ ਫਾਈਨਾਂਸ ਮਿਨਿਸਟਰ ਕ੍ਰਿਸਟੀਆ ਫਰੀਲੈਂਡ ਤੇ ਜਸਟਨ ਟਰੂਡੋ ਵਿਚਾਲੇ ਆਣ ਬਣਦੀਆਂ ਖਬਰਾਂ ਜਿਹੜੀਆਂ ਨੇ ਮੀਡੀਆ ਦੇ ਵੱਖ-ਵੱਖ ਹਿੱਸਿਆਂ ਦੇ ਵਿੱਚ ਪਾਰਟੀਆਂ ਦੇ ਅੰਦਰ ਵੀ ਚੱਲ ਰਹੀਆਂ ਸਨ ਤੇ ਉਹ ਕਲੈਰੀਫਿਕੇਸ਼ਨ ਸਮੇਂ-ਸਮੇਂ ਤੇ ਦੇ ਰਹੀ ਸੀ ਕਿ ਇਹ ਮੰਨਿਆ ਜਾ ਰਿਹਾ ਸੀ ਕਿ ਜਿਹੜੀ ਲਾਸਟ ਕੈਬਨਿਟ ਮੀਟਿੰਗ ਹੋਈ ਏ ਕੁ ਵਿੱਚ ਜਦੋਂ ਸ਼ਫਲਿੰਗ ਹੋਏਗੀ ਹੋ ਸਕਦਾ ਕ੍ਰਿਸਟੀਆ ਫਰੀਲੈਂਡ ਨੂੰ ਹਟਾ ਦਿੱਤਾ ਜਾਵੇ ਵ ਇਸ ਤਰ੍ਹਾਂ ਦਾ ਕੁਝ ਹੋਇਆ ਤਾਂ ਨਹੀਂ ਪਰ ਕੁੱਲ ਮਿਲਾ ਕੇ ਕਿਉਂਕਿ ਤੁਸੀਂ ਬਤੌਰ ਕ੍ਰਿਟਿਕ ਦੇਖਦੇ ਹੋ ਦੇਖਦੇ ਹੋ ਕਿ ਉਸੇ ਨੂੰ ਲੈ ਕੇ ਰੌਲਾ ਕਿ ਫਾਈਨੈਂਸ ਮਿਨਿਸਟਰ ਜਿਹੜੀ ਪਾਰਟੀ ਦੀ ਪਾਲਿਸੀ ਜਿਹੜੀਆਂ ਨੇ ਸਰਕਾਰ ਦੀਆਂ ਉਹਨੂੰ ਸਹੀ ਮਾਨਿਆਂ ਨਾ ਵਿੱਚ ਲੋਕਾਂ ਤੱਕ ਲੈ ਕੇ ਨਹੀਂ ਜਾ ਸਕੇ ਜਾਂ ਉਹਨੂੰ ਇੰਪਲੀਮੈਂਟਰੀ ਕਰ ਸਕੇ ਮੈਂ ਜਿਹੜਾ ਗ੍ਰੇਡ ਆ ਆਈ ਵਿਲ ਨਾਟ ਈਵਨ ਗਿਵਨ ਐਫ ਮੈਂ ਆਈ ਦੇਊਂਗਾ ਫਾਰ ਇਨਕੰਪਟੈਂਸ ਜਸਟਨ ਟਰੂਡੋ ਤੇ ਕ੍ਰਿਸਟੀਆ ਫੀਲਨ ਇੰਨੇ ਜ਼ਿਆਦਾ ਇਨਕੰਪਟੈਂਟ ਆ ਪਹਿਲਾਂ ਤਾਂ ਉਹਨਾਂ ਨੇ ਇਨਫਲੇਸ਼ਨਰੀ ਕ੍ਰਾਈਸਿਸ ਕ੍ਰੀਏਟ ਕੀਤੀ ਆ ਹਾਊਸਿੰਗ ਕ੍ਰਾਈਸਿਸ ਉਹਨਾਂ ਨੇ ਆਪ ਕ੍ਰੀਏਟ ਕੀਤੀ ਆ ਫਿਰ ਉਹਨਾਂ ਦਾ ਦੇਖੋ ਸੋਲੂਸ਼ਨਸ ਦੇਖੋ ਪਹਿਲਾਂ ਤਾਂ ਜਸਟਨ ਟਰੂਡੋ ਸਾਹਿਬ ਆਪ ਕਹਿੰਦੇ ਸੀ ਜਿਹੜੇ ਬਜਟ ਆ ਉਹ ਆਪੇ ਬੈਲੈਂਸ ਹੋ ਜਾਂਦੇ ਆ ਕਹਿੰਦਾ ਵੀ ਮੈਂ ਤਾਂ ਸੋਚਦਾ ਹੀ ਨਹੀਂ ਮੋਨਟਰੀ ਪਾਲਿਸੀ ਕਰਕੇ ਤਾਂ ਹੀ ਇਨਫਲੇਸ਼ਨਰੀ ਕ੍ਰਾਈਸਿਸ ਹੋਈ ਆ ਪੈਸੇ ਉਹ ਖਰਚੀ ਜਾਂਦਾ ਕੈਨੇਡੀਅਨਸ ਇਨਫਲੇਸ਼ਨ ਤਾਂ ਹੀ ਇਨਫਲੇਸ਼ਨ ਜਿਆਦਾ ਵੀ ਸ਼ੇਤੀ ਨਹੀਂ ਥੱਲੇ ਆ ਰਹੀ ਨਾ ਤਾਂ ਇੰਟਰਸਟ ਰੇਟ ਥੱਲੇ ਆ ਰਿਹਾ ਹੁਣ ਜਿਹੜੀ ਜੇਸੀ ਕ੍ਰਿਸਟਿਅਨ ਫਰੀਲੈਂਡ ਦੀ ਗੱਲ ਕਰੀਏ ਕਿੰਨੀ ਇਨਕੰਪੀਟੈਂਟ ਆ ਵਾਂਸ ਅਗੇਨ ਇਨਫਲੇਸ਼ਨਰੀ ਕ੍ਰਾਈਸਿਸ ਨੂੰ ਆਪ ਕ੍ਰੀਏਟ ਕੀਤਾ ਉਹਨੇ ਫਿਰ ਉਹਦਾ ਸੋਲੂਸ਼ਨ ਕੈਨੇਡੀਅਨਸ ਲਈ ਕੀ ਸੀਗਾ ਆਪਣਾ ਡਿਜ਼ਨੀ ਪਲਸ ਨੈਟਫਲਿਕਸ ਕੈਨਸਲ ਕਰ ਦੋ ਸਾਰੇ ਹੱਲ ਹੋ ਜਾਣਗੇ ਵੀ ਇੰਨੀ ਜਿਆਦਾ ਇਨਕੰਪੀਟੈਂਸੀ ਆ ਇੱਕ ਸਰਕਾਰ ਦੇ ਵਿੱਚ ਐਂਡ ਕੈਨ ਯੂ ਬਲੀਵ ਜਕ ਮੀਟਿੰਗ ਹਰੇਕ ਸਟੈਪ ਤੇ ਇਹਨਾਂ ਨੂੰ ਸਪੋਰਟ ਕਰ ਰਿਹਾ ਬਿਕਾਜ਼ ਜਿਹੜਾ ਜਸਟਿਨ ਟਰੂਡੋ ਸਾਹਿਬ ਹੈ ਉਹਨਾਂ ਦਾ ਟਰੈਕ ਰਕੜਿਆ ਵੀ ਜੇ ਉਹਨਾਂ ਇਹਨਾਂ ਕਸੂਰ ਉਹਨਾਂ ਦਾ ਆ ਪਰ ਪ੍ਰੋਬਲਮ ਕਿਸੇ ਹੋਰ ਤੇ ਹਮੇਸ਼ਾ ਲਾ ਦਿੰਦੇ ਆ ਲਾ ਦਿੰਦੇ ਆ اسپੈਸ਼ਲੀ ਟੂ ਔਮਨ ਹੁਣ ਫਾਈਨੈਂਸ ਮਿਨਿਸਟਰ ਇਜ਼ ਕ੍ਰਿਸਟੀਆ ਫਰੀਲੈਂਡ ਸ਼ੀਜ਼ ਅ ਔਮਨ ਪਹਿਲਾਂ ਜਿਹੜੀ ਇਹਦੀ ਜਸਟਿਸ ਮਿਨਿਸਟਰ ਹੁੰਦੀ ਸੀ ਜਿਨੇ ਉਹਦੇ ਕ腐ਪਸ਼ਨ ਨੂੰ ਕਾਲ ਆਊਟ ਕੀਤਾ ਸੀਗਾ ਉਹਨੂੰ ਵੀ ਫਾਇਰ ਕਰਤਾ ਸੀਗਾ ਦੋ ਹੋਰ there's other two strong women in his caucus ਉਹਨਾਂ ਨੂੰ ਵੀ ਇੱਕ ਬਾਰ ਕੱਢਿਆ ਗਿਆ बिकॉज ਦੇ ਸਟੋਡ ਅਪ ਟੂ ਦਿਸ ਫੈਮਿਨਿਸਟ ਜਾਂਦਾ ਐਗਜੈਕਟਲੀ ਫੇਕ ਫੈਮਿਨਿਸਟ ਸੀਗੇ ਨਾ ਉਹ ਇਜ਼ ਅ ਫੇਕ ਫੈਮਿਨਿਸਟ ਇੱਥੇ ਇਹੀ ਰੈਪਿਟੇਸ਼ਨ ਜਸਟਨ ਚੁੜੋ ਸਾਹਿਬ ਦਾ ਆ ਐਂਡ ਜਿਹੜੀ ਇਨਕੰਪੀਟੈਂਸੀ ਆ ਇਟ ਇਜ਼ ਵਾਈਡਸਪਰੈਡ ਬੀਟਵੀਨ ਆਰ ਜੀਡੀ ਲਿਬਰਲ ਡੀਪੀ ਸਰਕਾਰ ਆ ਕੈਨੇਡੀਅਨਸ ਨੀਡ ਵੀ ਵਿਲ ਕੈਨੇਡੀਅਨਸ ਵਿਲ ਫਾਇਰ ਥੈਮ ਆਲ ਟੂਗੇਦਰ ਤੇ ਇੱਕ ਕਾਮਨ ਸੈਂਸ ਕੰਸਰਵੇਟਿਵ ਸਰਕਾਰ ਪੀਰ ਪਾਲੀਅਵ ਸਾਹਿਬ ਦੇ ਨਾਲ ਰਿਪਲੇਸ ਕਰਕੇ ਵੀ ਵਿਲ ਬ੍ਰਿੰਗ ਬੈਕ ਜਿਹੜੀ ਕਾਮਨ ਸੈਂਸ ਯਾਰ ਇੱਕ ਚੀਜ਼ ਜ਼ਰੂਰ ਹੈ ਵੀ ਅਸੀਂ ਸਾਰੇ ਇਮੀਗ੍ਰੈਂਟ ਤੌਰ ਤੇ ਆਏ ਆ ਸਾਰੇ ਹੀ ਕਹਿ ਰਹੇ ਨੇ ਅੱਜ ਦੀ ਡੇਟ ਦੇ ਵਿੱਚ ਯਾਰ ਕੈਨੇਡਾ ਉਹ ਕੈਨੇਡਾ ਨਹੀਂ ਨਹੀਂ ਰਿਹਾ ਬਿਲਕੁਲ ਤੇ ਕੈਨੇਡਾ ਕਿੱਧਰ ਨੂੰ ਜਾਵੇਗਾ ਆਉਣ ਵਾਲੇ ਸਮੇਂ ਵਿੱਚ ਜੇਕਰ ਕੰਜ਼ਰਵੇਟਿਵ ਪਾਰਟੀ ਦੀ ਸਰਕਾਰ ਬਣਦੀ ਤੇ ਅਸੀਂ ਇਹਨਾਂ ਤੋਂ ਵੀ ਸਵਾਲ ਪੁੱਛਾਂਗੇ ਕਿ ਜੋ ਵਾਦੇ ਅੱਜੇ ਕਰ ਰਹੇ ਨੇ ਉਹਨੂੰ ਕਿੰਨਾ ਕੁ ਚੰਗੇ ਢੰਗ ਦੇ ਨਾਲ ਇੰਪਲੀਮੈਂਟ ਕਰਦੇ ਆ ਲਾਗੂ ਕਰਦੇ ਆ ਉਹ ਵੀ ਅਸੀਂ ਜ਼ਰੂਰ ਦੇਖਾਂਗੇ ਜੇਕਰ ਲੋਕ ਇਹਨਾਂ ਨੂੰ ਮੌਕਾ ਦਿੰਦੇ ਆ ਬਹੁਤ ਬਹੁਤ ਧੰਨਵਾਦ ਇੱਕ ਮੈਂ ਹੋਰ ਜ਼ਰੂਰ ਮੈਂ ਕਹਿਣਾ ਚਾਹਾਂਗਾ ਅਸੀਂ ਇੱਕ ਡਾਇਰੈਕਟ ਫਲਾਈਟ ਕੈਨੇਡਾ ਤੋਂ ਅੰਮ੍ਰਿਤਸਰ ਪ੍ਰੋਮਿਸ ਕਰ ਰਹੇ ਆ ਜੀ ਸਾਡੀ ਸਰਕਾਰ ਬਣਦੀ ਆ ਉਹ ਡਾਇਰੈਕਟ ਫਲਾਈਟ ਅਸੀਂ ਉਹਦੇ ਤੇ ਪਹਿਰਾ ਦੇ ਕੇ ਉਹ ਸ਼ੁਰੂ ਕਰ ਦੇਣੀ ਆ ਬਹੁਤ ਬਹੁਤ ਧੰਨਵਾਦ ਤੇ ਇਸ ਦੇ ਨਾਲ ਹੀ ਮੈਨੂੰ ਅਵਨੀਤ ਸਿੰਘ ਤੇਜਾ ਨੂੰ ਤੇ ਮੇਰੇ ਨਾਲ ਜਸਰਾਜ ਹੱਲਨ ਨੂੰ ਦਿਓ ਇਜਾਜ਼ਤ ਤੁਸੀਂ ਦੇਖਦੇ ਰਹੋ ਪ੍ਰਾਈਮੇਰੀਆ ਟੀਵੀ ਤੁਹਾਡਾ ਆਪਣਾ tadi ni